ਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸ੍ਰੋਤਿਆਂ ਨੂੰ ਜੀ ਆਇਆਂ ਨੂੰ ਹੁਣੇ-ਹੁਣੇ 2ਪ੍ਰੈਲ ਨੂੰ ਆਪਨੇ ਕਰਤਾ ਵੱਡਾ ਐਲਾਨ ਖੇਚਲੋ ਤਿਆਰੀਆਂ ਤਾਜ਼ਾ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਹੱਤੋਂ ਆ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਪੰਜਾਬ ਚ ਭਗਵੰਦ ਮਾਨ ਦੀ ਕੈਬਨਿਟ ਦਾ ਗਠਨ ਹੋ ਗਿਆ ਹੈ ਤੁਰੰਤ ਮਾਨ ਸਰਕਾਰ ਵਿਹਰ ਕੱਚਾ ਗਿਆ ਤੇ 25000 ਨੌਕਰੀਆਂ ਦਾ ਰਾਹ ਸਾਫ਼ ਕਰ ਦਿੱਤਾ ਹੈ ਪੰਜਾਬ ਵਿੱਚ ਫੈਸਲੇ ਲਏ ਜਾ ਰਹੇ ਨੇ ਪਰ ਇਸ ਕਾਰਵਾਈ ਰਾਹੀਂ ਆਮ ਆਦਮੀ ਪਾਰਟੀ ਦੇ ਕਨਵੀਨਰ ਤੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲੇ ਨਜ਼ਰ ਆਉਣ ਵਾਲੀਆਂ ਗੁਜਰਾਤ ਚੋਣਾਂ ਤੇ ਟਿੱਕੀਆਂ ਹੋਈਆਂ ਨੇ ਪੰਜਾਬ ਦੀ ਸੱਤਾ ਨਾਲ ਆਮ ਆਦਮੀ ਪਾਰਟੀ ਪੂਰੇ ਦੇਸ਼ ਨੂੰ ਇੱਕ ਸੁਨੇਹਾ ਦੇਣਾ ਚਾਹੁੰਦੀ ਹੈ ਕੇਜਰੀਵਾਲ ਦੀ ਨਜ਼ਰ ਹਿਮਾਚਲ ਤੇ ਗੁਜਰਾਤ ਤੇ ਹੈ ਅਸਲ ਵਿੱਚ ਇੰਨਾ ਸਾਰੇ ਫੈਸਲਿਆਂ ਨੇ ਪੰਜਾਬ ਦੇ ਲੋਕਾਂ ਨੂੰ ਇੱਕ ਸੁਨੇਹਾ ਦਿੱਤਾ ਹੈ ਪਰ ਦੁੱਜੇ ਸੂਬਿਆਂ ਵਿੱਚ ਦਾਖਲ ਦਾਖਲੇ ਦੇ ਰਾਹ ਖੋਲ੍ਹਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਅਮਾਂਜਲਪਰਦੇਸ਼ ਤੇ ਗੁਜਰਾਤ ਵਿੱਚ ਇਸ ਸਾਲ ਦੇ ਅੰਤ ਵਿੱਚ ਹੋਣੀਆਂ ਚੋਣਾਂ ਸ਼ੁਰੂ ਹਨ ਇਸ ਸੰਬੰਧੇ ਆਮ ਆਦਮੀ ਪਾਰਟੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ 2 ਅਪ੍ਰੈਲ ਨੂੰ ਆਪ ਅਹਮਦਾਬਾਦ ਦੇ ਰੋਸ਼ ਸ਼ੁਰ ਕਰਨ ਜਾ ਰਹੀ ਸੀ ਰੋਸ਼ ਵਿੱਚ ਕੇਜੀਵਾਲ ਦੇ ਮਾਣ ਇਕੱਠੇ ਹੋਣਗੇ ਦਿੱਲੀ ਮਾਰਲ ਨਹੀਂ ਪੰਜਾਬ ਵਿੱਚ ਜ਼ਮੀਨ ਤਿਆਰ ਕੀਤੀ ਗਈ ਸੀ ਹੁਣ ਪੰਜਾਬ ਰ ਆਪ ਪੂਰੇ ਦੇਸ਼ ਵਿੱਚ ਫੈਲਣਾ ਚਾਹੁੰਦੀ ਹੈ ਤੇ ਇਸ ਲਈ ਆਪ ਹਰ ਫੈਸਲੇ ਨਾਲ ਸੰਦੇਸ਼ ਦੇ ਰਹੀ ਹੈ ਖਬਰ ਲਾ ਸਕਦੇ ਕੰਨੀ ਤੁਹਾਡਾ ਬਹੁਤ ਬਹੁਤ ਧੰਨਵਾਦ